ਦੇਖੋ ਇਹਨਾਂ ਦੀਆਂ ਗੱਲਾਂ ਨੇ, ਪਤਾ ਨਹੀਂ ਉਹ ਕਦੇ ਉਹਨੂੰ ਬਾਪੂ ਕਹਿੰਦਾ ਹੈ, ਕਦੇ ਉਹਨੂੰ ਕਹਿੰਦਾ ਮੇਰਾ ਕੈਪਟਨ ਹੈ ਨਹੀਂ। ਸੋ ਇਹਨਾਂ ਦੀਆਂ ਗੱਲਾਂ ਇਹ ਜਾਣ ਸਕਦੇ ਨੇ। ਜਿਹੜੀ ਕਾਂਗਰਸ ਜਮਾਤ ਹੈ ਇਹ ਕੋਈ ਦੀਨ ਮਾਨ ਵਾਲੀ ਗੱਲ ਨਹੀਂ, ਇਹ ਤਾਂ ਆਪਣੀ ਮਰਜ਼ੀ ਕਰਦੇ ਨੇ, ਕਹਿੰਦੇ ਕੁਛ ਨੇ ਕਰਦੇ ਕੁਛ ਨੇ। ਸੋ ਉਹਨਾਂ ਬਾਰੇ ਕੋਈ ਕਿੰਤੂ ਪ੍ਰੰਤੂ ਕਰਨਾ ਨਹੀਂ, ਇਹ ਉਹੀ ਜਾਣ ਸਕਦੇ ਕਿ ਕਬੂਤਰ ਲਿਆਇਆ, ਬਿੱਲੀ ਲਿਆਇਆ, ਕੀ ਲਿਆਇਆ, ਇਹ ਇਹਨਾਂ ਦੇ ਸ਼ੌਕ ਨੇ ਰਾਜੇ ਮਹਾਰਾਜੇ ਨੇ। ਸੋ ਆਪਾਂ ਨਹੀਂ, ਨਵਜੋਤ ਸਿੰਘ ਤਿੱਤਰ ਲੈ ਕੇ ਆਇਆ, ਉਸ ਨੂੰ ਮੰਨ ਲਓ ਇਸ ਤਰ੍ਹਾਂ ਲੈ ਕੇ ਨਹੀਂ ਆ ਸਕਦਾ, ਬਰਡ ਵਾਈਫ ਵੱਲੋਂ ਉਹਦੇ ਮਾਮਲਾ ਦੇ ਦਰਜ ਕਰਨ ਦੀ ਗੱਲਾਂ ਆ ਰਹੀਆਂ ਕਿ ਤੁਸੀਂ ਕਿਹਾ? ਨਹੀਂ, ਮੈਂ ਤਾਂ ਕਹਿ ਰਿਹਾ ਕਿ ਇਹਨਾਂ ਦਾ ਕੋਈ ਦੀਨਵਾਨ ਹੈ ਹੀ ਨਹੀਂ, ਇਹ ਤਾਂ ਉਹ ਕੰਮ ਕਰ ਸਕਦੇ ਜਿਹੜਾ ਕੋਈ ਕਾਨੂੰਨ ਨਹੀਂ, ਕੋਈ ਕੁਛ ਹੋਰ ਨਹੀਂ, ਉਹ ਸਾਰੇ ਕੰਮ ਹੀ ਕਰ ਸਕਦੇ ਨੇ। ਆਪਾਂ ਦੇਖ ਹੀ ਰਹੇ ਹਾਂ ਕਿ ਕੁਛ ਹੋ ਰਿਹਾ, ਕੈਪਟਨ ਸਾਹਿਬ ਕੀ ਕਰ ਰਹੇ ਨੇ, ਨਵਜੋਤ ਸਿੱਧੂ ਕੀ ਕਰ ਰਿਹਾ, ਬਾਕੀ ਮੰਤਰੀ ਕੀ ਕਰ ਰਹੇ ਨੇ, ਜੇ ਆਪਾਂ ਸਾਰੀ ਹਿਸਟਰੀ ਦੇਖ ਲਈਏ ਇਹਨਾਂ ਦੀ। ਸੋ ਇਹ ਤਾਂ ਲੋਕਾਂ ਦੀ ਇੱਕ ਕਰਪਟ ਜਮਾਤ ਹੈ। ਆਪਾਂ ਦੇਖ ਲਓ ਅੱਜ ਥਾਣਿਆਂ 'ਚ ਦੇਖ ਲਓ, ਸੱਟੇ ਦੀ ਗੱਲ ਦੇਖ ਲਓ, ਤੁਹਾਡੇ ਸਮਾਣੇ ਦੇ ਵਿੱਚ ਹੀ ਦੇਖ ਲਓ ਕਿੰਨਾ ਸੱਟਾ ਚੱਲਦਾ ਹੈ ਅਤੇ ਕਿੰਨੀ ਕੁ ਕਰਪਸ਼ਨ ਹੈ, ਇਹ ਮੇਰੇ ਨਾਲ ਵੱਧ ਤੁਸੀਂ ਜਾਣਦੇ ਹੋ। ਤਿੰਨ ਸਟੇਟਾਂ 'ਚ ਹੁਣ ਕਾਂਗਰਸ ਦੁਬਾਰਾ ਸੱਤਾ 'ਚ ਆਈ ਹੈ, ਤੁਹਾਡਾ ਕੀ ਕਹਿਣਾ? ਦੇਖੋ ਤੁਸੀਂ ਇਹ ਨਾ ਕਹੋ ਵੀ ਸੱਤਾ ਦੇ ਵਿੱਚ ਆਈ ਹੈ। ਮੱਧ ਪ੍ਰਦੇਸ਼ ਦੇ ਵਿੱਚ 15 ਸਾਲ ਬੀਜੇਪੀ ਰਹੀ ਹੈ ਅਤੇ ਫਿਰ ਵੀ ਉਹਨਾਂ ਦੇਖੀਏ 0.1% ਵੋਟਾਂ ਉਹਨਾਂ ਨੂੰ ਬੀਜੇਪੀ ਨੂੰ ਜ਼ਿਆਦਾ ਪਈਆਂ ਨੇ, ਪੂਰੀ ਮੈਜੋਰਟੀ ਵੀ ਨਹੀਂ ਆਈ ਕਾਂਗਰਸ ਨੂੰ। ਇਸੇ ਤਰ੍ਹਾਂ ਜੇ ਤੁਸੀਂ ਰਾਜਸਥਾਨ ਦੇ ਵਿੱਚ ਦੇਖ ਲਓ ਤਾਂ 99 ਸੀਟਾਂ ਹੀ ਆਈਆਂ ਨੇ, ਪੂਰੀਆਂ ਪੂਰੀਆਂ ਸੀਟਾਂ ਆਈਆਂ ਨੇ, ਕੋਈ ਇਹ ਨਹੀਂ ਹੋਇਆ ਕਿ ਸੈਂਟਰ 'ਚ ਜ਼ਿਆਦਾ ਫਰਕ ਨਹੀਂ, ਤੁਸੀਂ ਬਹੁਤਾ ਕੋਈ ਲੰਮਾ ਚੌੜਾ ਇਹਦੇ 'ਚ ਫਰਕ ਨਹੀਂ ਗਾ ਪਿਆ। ਇੱਥੇ ਤਾਂ ਮੈਂ ਸਮਝਦਾ ਕਿ ਜਿੱਥੇ ਆਪਾਂ ਨੂੰ ਇਹ ਉਮੀਦ ਸੀ ਵੀ ਕਾਂਗਰਸ ਬਹੁਤ ਵੱਡੀ ਮੈਜੋਰਟੀ ਲੈ ਕੇ ਜਾਊਗੀ, ਉੱਥੇ ਉਹਨਾਂ ਦਾ ਬਹੁਤ ਕੁਛ ਪੱਲੇ ਪਿਆ ਨਹੀਂ। ਠੀਕ ਆ ਆਪਣੀ ਸਰਕਾਰ ਦੀ ਗੱਲ ਕਰੀ ਜਾਂਦੇ ਨੇ, ਪਰ ਮੇਰੇ ਖਿਆਲ ਦੇ ਵਿੱਚ ਕਿਤੇ ਵੀ ਇਹ ਨਹੀਂ ਹੈ ਵੀ ਆਜ਼ਾਦ ਤੋਂ ਬਿਨਾਂ ਜਾਂ ਕਿਸੇ ਹੋਰ ਪਾਰਟੀ ਤੋਂ ਬਿਨਾਂ ਸਰਕਾਰ ਇਹਨਾਂ ਨੇ ਬਿਲਕੁਲ ਹੀ ਬਣਾ ਲਈ ਹੋਵੇ।